ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਦੀ ਨਾਲ ਬੈਲ ਆਈਕਨ 'ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਯੈਸ ਕਰਕੇ ਤੂੰ ਤੈਨੂੰ ਕਰਦੇ ਪ੍ਰੈਸ ਕਰਕੇ ਤੇ ਇੱਕ ਦਿਨ ਬੱਟ ਲੱਭਦਾ ਹੋ ਸੱਚੀ ਨੀ ਪਾਵੇਂ ਦੀ ਜਾਨੇ ਮੇਰੀ ਜਿਹੜੀ ਕੁੜੀ ਜਿੱਤਾ ਦੀ ਸੀ ਜੱਟ ਲੱਭਦਾ ਸੱਚੀ ਨੀ ਪਾਵੇਂ ਦੀ ਜਾਨੇ ਮੇਰੀ ਜਿਹੜੀ ਕੁੜੀ ਜਿੱਤਾ ਦੀ ਸੀ ਜੱਟ ਲੱਭਦਾ ਲੰਜੂਗਾ ਤੈਨੂੰ ਆਪਣੀ ਬਣਾ ਕੇ ਵੇਖੀ ਆਸ਼ਕ ਪਰਾਣੇ ਪਏ ਹੋਣਗੇ ਲੰਜੂਗਾ ਲੰਜੂਗਾ ਤੈਨੂੰ ਆਪਣੀ ਬਣਾ ਕੇ ਵੇਖੀ ਆਸ਼ਕ ਪਰਾਣੇ ਤੇਰੇ ਹੋਣਗੇ ਹੋ ਸੱਚੀ ਨੀ ਤੋਂ ਵੇਂਦੀ ਜਾਨੇ ਮੇਰੀ ਇਹ ਕੁੜੀ ਜਿੱਤਾ ਦੀ ਸੀ ਜੱਟ ਲੱਭਦਾ ਸੱਚੀ ਨੀ ਤੋਂ ਵੇਂਦੀ ਜਾਨੇ ਮੇਰੀ ਇਹ ਕੁੜੀ ਜਿੱਤਾ ਦੀ ਸੀ ਜੱਟ ਲੱਭਦਾ ਬਥੇਰੀਆਂ ਤੇ ਦਿਲ ਵਿੱਚ ਆਈ ਨੀ ਕੋਈ ਹੋ ਅੱਖੀਆਂ ਦੇ ਬੂਹੇ ਥਾਣੇ ਹੁੰਦੀਆਂ ਬਥੇਰੀਆਂ ਤੇ ਦਿਲ ਵਿੱਚ ਆਈ ਨੀ ਕੋਈ ਯਕੀਨ ਸੱਚੀ ਨੀ ਤੋਂ ਮਿਲਦੀ ਜਾਨੇ ਮੇਰੀ ਇਹਦੀ ਕੁੜੀ ਪਤਾ ਨੀ ਘੱਟ ਲੱਗਦਾ ਇੰਤਜ਼ਾਰ ਬੇਸਬਰੀ ਨਾ ਕਦੋਂ ਆਵੇਗੀ ਬੇਬੇ ਦੀ ਰੂਹ ਬਣ ਕੇ
ਸ਼ਬਰੀ ਨਾ ਕਦੋਂ ਆਵੇਗੀ ਬੇਬੇ ਦੀ ਨੂੰਹ ਬਣ ਕੇ ਰੇ ਨਾਲੇ ਪੈਸੇ ਦੇ ਕੇ ਗਿਆ ਸੀ ਸਿਵਾਲਾ ਬੇ ਸਾਥੋਂ ਲਾਇਆ ਨਹੀਂ ਉਜਾੜਾ ਤੈਥੋਂ ਸ਼ੋਰਤਾਂ ਦੀ ਉੱਚੀ ਕੰਧ ਨੀ ਟੱਪੀ ਨਹੀਂ ਉਜਾਣੀ ਸਾਥੋਂ ਨੀਵੇਂ ਹੋ ਕੇ ਬੁਲਾਇਆ ਨਹੀਂ ਉਜਾੜਾ ਉਹ ਇੱਕ ਨਦੀ ਦੇ ਕਿਨਾਰੇ ਤੇ ਵੀ ਕਦੋਂ ਜੁੜਦੇ ਨੇ ਨੀ ਤੂੰ ਜਾਣ ਕੇ ਨੀ ਆਉਣਾ ਸਾਥੋਂ ਆਇਆ ਨਹੀਂ ਉਜਾੜਾ ਉਹ ਕੰਨਾਂ ਵਿੱਚ ਝੁੰਮ ਕੇ ਤੇ ਬੁੱਲੀਆਂ ਤੇ ਲਾਲੀ ਵਿੱਚ ਘੁੰਮ ਕੇ ਤੇ ਬੁੱਲੀਆਂ ਤੇ ਲਾਲੀ ਤੇਰੇ ਉਂਗਲਾਂ ਚ ਛੱਪਾ ਥੱਲੇ ਪਾਏ ਹੋਏ ਨੇ ਉਂਗਲਾਂ ਚ ਛੱਪਾ ਥੱਲੇ ਪਾਏ ਹੋਏ ਨੇ ਤੂੰ ਕੀ ਜਾਣੇ ਸਾਡੇ ਉੱਤੇ ਕਿੰਜ ਗੁਜ਼ਰੀ ਨੇ ਦਿਨ ਤੂੰ ਕੀ ਜਾਣੇ ਸਾਡੇ ਉੱਤੇ ਕਿੰਜ ਗੁਜ਼ਰੀ
ਸਾਹਾਂ ਵਿੱਚ ਤੋੜ ਗਈ ਏ ਉਮਰਾਂ ਦੀ ਸਾਂਝ ਜਿੰਦੇ ਮਿੱਟੀ ਵਿੱਚ ਰੋਲ ਗਈ ਏ ਪਿਆਰ ਨੂੰ ਇਸ਼ਕੇ ਦੀ ਸੱਟ ਜੀ ਦੇ ਦਿਲ ਉੱਤੇ ਲੱਗੇ ਉਹੀ ਜਾਣਦਾ ਵਿਛੋੜਿਆਂ ਦੀ ਮਾਰ ਨੂੰ ਤੋੜ ਗਈਏ ਉਮਰਾਂ ਦੇ ਸਾਂਝ ਜਿੰਦੇ ਮਿੱਟੀ ਵਿੱਚ ਤੋੜ ਗਈਏ ਪਿਆਰ ਨੂੰ ਇਸ਼ਕੇ ਦੀ ਸੱਟ ਜੀ ਦੇ ਦਿਲ ਉੱਤੇ ਲੱਗੇ ਉਹੀ ਸਾਡੇ ਉੱਤੇ ਕਿੰਜ ਗੁਜ਼ਰੀ ਨੇ ਦਿਨ ਦੇ ਤੇ ਬਹਾਰ ਵਾਲੇ ਆਏ ਹੋਏ ਨੇ ਤੂੰ ਕੀ ਜਾਣੇ ਸਾਡੇ ਉੱਤੇ ਕਿੰਜ ਗੁਜ਼ਰੀ ਦਿਨ ਤੋਰੇ ਤੇ ਬਹਾਰ ਵਾਲੇ ਆਏ ਹੋਏ ਰੋਂਦੇ ਨੂੰ ਮਰਾਇਆ ਕਿਸੇ ਆਣ ਕੇ ਰਾਂਝੇ ਵਾਲਾ ਹਾਲ ਹੋਇਆ ਮਿੰਟੂ ਦੇ ਨਾਲ ਮੇਨੇ ਮਾਰਦੇ ਰਕੀਬ ਜਾਣੀ ਜਾਣ ਕੇ ਨਾਲ ਨਾਲ ਲਾ ਕੇ ਸਾਨੂੰ ਦਿੱਤਾ ਨਾ ਦਿਲਾਸਾ ਨਹੀਂ ਉਹ ਰੋਂਦੇ ਨੂੰ ਮਰਾਇਆ ਕਿਸੇ ਆਣ ਕੇ ਰਾਂਝੇ ਵਾਲਾ ਹਾਲ ਹੋਇਆ ਮਿੰਟੂ ਦੇ ਨਾਲ ਮੇਨੇ ਮਾਰਦੇ ਰਕੀਬ ਜਾਣ ਕੇ ਅਮੀ ਰੱਬ ਕੋਲ ਮੰਗੇ ਅਜੇ ਤੇਰੇ ਲਈ ਦੁਆਵਾਂ ਸਾਡੇ ਉੱਤੇ ਕਿੰਜ ਗੁਜ਼ਰੀ ਨੇ ਦਿਨ ਕੀ ਜਾਣੇ ਸਾਡੇ ਉੱਤੇ ਕਿੰਜ ਗੁਜ਼ਰੀ ਦਿਨ ਤੇਰੇ ਤੇ ਬਾਹਰ ਵਾਲੇ ਆਏ ਹੋਏ ਨੇ 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 ਵਧੀਆ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੀ। ਮਿਲਦੇ ਹਾਂ ਨੈਕਸਟ ਵੀਡੀਓ ਤੁਹਾਡੇ ਲਈ ਹੋਰ ਨਵਾਂ ਲਾਈਵ ਸ਼ੋਅ ਲੈ ਕੇ।